ਸਤਿ ਸ਼੍ਰੀ ਅਕਾਲ ਜੀ ਬੇਦੀ ਸਾਹਿਬ, ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ। ਲੁਧਿਆਣਾ ਬੇਦੀ ਸਾਹਿਬ ਤੋਂ ਬਾਅਦ ਪਹਿਲੇ ਬੰਦੇ ਹੋ ਤੁਸੀਂ ਜਿਹੜੇ ਅਫਸਰ ਸਾਡੇ ਘਰੇ ਆਏ ਆ, ਤੇ ਬਹੁਤ ਸ਼ੁਕਰੀਆ। ਪਰਿਵਾਰ ਦਾ ਜੀ ਬਣ ਕੇ ਆਏ? ਨਹੀਂ ਜੀ, ਹੈ ਪਰਿਵਾਰ ਬਣ ਕੇ ਬੇਦੀ ਸਾਹਿਬ ਆਏ ਸਰ। ਜੀ ਸਰ, ਸਤਿ ਸ਼੍ਰੀ ਅਕਾਲ। ਕ੍ਰਿਸ਼ਨ ਰਾਜ, ਕ੍ਰਿਸ਼ਨ ਰਾਜਪੂਤ ਜੀ, ਸਤਿ ਸ਼੍ਰੀ ਅਕਾਲ ਰਾਜਪੂਤ ਸਾਹਿਬ, ਥੈਂਕ ਯੂ ਤੁਹਾਡਾ ਸਰ, ਤੁਸੀਂ ਇੱਥੇ ਆਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ, ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਇੱਕ ਹੋਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਰਜ ਆਰੰਭਿਆ ਗਿਆ। ਹੁਨਰ ਵਿਕਾਸ ਕੇਂਦਰ ਦੇ ਨਾਮ 'ਤੇ ਕੰਪਿਊਟਰ ਸੈਂਟਰ ਅਤੇ ਨਾਲ ਸਿਲਾਈ ਕਢਾਈ ਦਾ ਸੈਂਟਰ ਖੋਲ੍ਹਿਆ ਜਾ ਰਿਹਾ, ਜਿਹਦੇ ਵਿੱਚ ਫਰੀ, ਕੋਈ ਵੀ ਬਿਨਾਂ ਕਿਸੇ ਫੀਸ ਲਈ ਤੋਂ ਬਿਨਾਂ ਲੋੜਵੰਦ ਬੱਚੇ ਅਤੇ ਬੱਚੀਆਂ ਨੂੰ ਕੰਪਿਊਟਰ ਦੇ ਸਾਰੇ ਕੋਰਸ ਸੰਬੰਧਿਤ, ਕੰਪਿਊਟਰ ਨਾਲ ਅਤੇ ਸਿਲਾਈ ਕਢਾਈ ਨਾਲ ਸੰਬੰਧਿਤ, ਜਿਹੜੀ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਗੁਣ ਆ ਸਕੇ, ਹੁਨਰ ਆ ਸਕੇ, ਉਹ ਕੋਰਸ ਕਰਾਏ ਜਾਣਗੇ। ਉਹਦੀ ਵੀ ਕੋਈ ਵੀ ਫੀਸ ਲਾਗੂ ਨਹੀਂ ਹੋਵੇਗੀ। ਅਤੇ ਇਹ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਰੁਪਿੰਦਰਪਾਲ ਸਿੰਘ ਜੀ, ADC ਸਾਹਿਬ, ਅਤੇ ਸਰਦਾਰ ਹਰਜਿੰਦਰ ਸਿੰਘ ਬੇਦੀ ਜੀ, IAS ADC ਪੇਂਡੂ ਵਿਕਾਸ ਜੀ, ਅਤੇ ਨਾਲ ਕਿਸ਼ਨਪਾਲ ਰਾਜਪੂਤ ਜੀ, IAS ਅਫਸਰ, ਇਹਨਾਂ ਤਿੰਨਾਂ ਅਫਸਰ ਸਾਹਿਬਾਨਾਂ ਦਾ, ਜਿਨ੍ਹਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਆ ਕੇ ਇਸ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ। ਅਤੇ ਇਸ ਕਾਰਜ ਦੇ ਵਿੱਚ ਅਸੀਂ ਇਹਦਾ ਜਿਹੜਾ ਕ੍ਰੈਡਿਟ ਦਿੰਦੇ ਹਾਂ, ਸਿਹਰਾ ਦਿੰਦੇ ਹਾਂ, ਉਹ ਸਰਦਾਰ ਹਰਜਿੰਦਰ ਸਿੰਘ ਬੇਦੀ, ਸਾਡੇ ADC ਸਾਹਿਬ ਨੂੰ, ਕਿਉਂਕਿ ਉਹ ਕੁਝ ਦਿਨ ਪਹਿਲਾਂ ਸਾਡੇ ਸੁਪਨਿਆਂ ਦੇ ਘਰ ਆਪਣੇ ਪਰਿਵਾਰ ਦੇ ਨਾਲ ਵਿਜ਼ਿਟ ਕਰਨ ਆਏ ਸੀ, ਅਤੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਕਿਉਂ ਨਾ ਇੱਥੇ ਜਿਹੜੇ ਸਾਡੇ ਬੱਚੇ ਬੱਚੀਆਂ ਠੀਕ ਹੋ ਰਹੇ ਨੇ, ਮੈਂਟਲੀ ਅਪਸੈਟ ਸੀ, ਜਾਂ ਦੁਬਾਰਾ ਤੋਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਟਾਰਟ ਕਰਨਾ, ਜਾਂ ਜਿਹੜੇ ਉਹ ਬੱਚੇ ਜਿਹੜੇ ਸਾਡੇ ਕੋਲ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਕੰਪਿਊਟਰ ਕਲਾਸਾਂ ਮੁਹੱਈਆ ਕਰਾਉਣ ਦੀ ਯੋਜਨਾ ਦੇ ਵਿੱਚ ਉਹਨਾਂ ਨੇ ਸਾਨੂੰ ਗਾਈਡ ਕੀਤਾ ਵੀ ਕਿਉਂ ਨਾ ਆਪਾਂ ਇੱਕ ਹੁਨਰ ਵਿਕਾਸ ਕੇਂਦਰ ਖੋਲ੍ਹੀਏ। ਅਤੇ DC ਸਾਹਿਬ ਦੇ ਹੁਕਮਾਂ ਮੁਤਾਬਕ ਫਿਰ ਇਹ ਜਿਹੜਾ ਹੁਨਰ ਵਿਕਾਸ ਕੇਂਦਰ ਸ਼ੁਰੂ ਕੀਤਾ ਗਿਆ ਵਾ, ਅਤੇ ਜਿਹੜਾ ਸਰਕਾਰੀ ਮਾਨਤਾ ਪ੍ਰਾਪਤ ਹੋਵੇਗਾ, ਬੱਚਿਆਂ ਅਤੇ ਬੱਚੀਆਂ ਨੂੰ ਸਾਡੇ ਇਲਾਕੇ ਦੇ ਆਸ ਪਾਸ ਦੇ ਬਹੁਤ ਉਹਨਾਂ ਨੂੰ ਫਾਇਦਾ ਹੋਊਗਾ। ਉਹ ਬੱਚੇ ਇੱਥੇ ਸਾਡੇ ਕੋਲ ਕੋਰਸ ਕਰ ਸਕਦੇ ਨੇ, ਕੰਪਿਊਟਰ ਦਾ ਵੀ ਕੋਰਸ, ਕਿਸੇ ਵੀ ਤਰ੍ਹਾਂ ਦਾ, ਅਤੇ ਸਿਲਾਈ ਕਢਾਈ ਦਾ। ਅਤੇ ਬੇਨਤੀ ਵੀ ਆ, ਆਸ ਪਾਸ ਦੇ ਭੈਣ ਭਰਾ ਜ਼ਰੂਰ ਧਿਆਨ ਦੇਣ, ਆਪਣੇ ਬੱਚੇ ਅਤੇ ਬੱਚੀਆਂ ਦੇ ਕੋਰਸ ਕਰਵਾਓ, ਕੋਈ ਖਰਚਾ ਨਹੀਂ, ਕੋਈ ਫੀਸ ਨਹੀਂ, ਤਾਂ ਜੋ ਸਾਡੇ ਬੱਚੇ ਅਤੇ ਬੱਚੀਆਂ ਇੱਕ ਸਕਿੱਲ, ਇੱਕ ਗੁਣ ਪਾ ਕੇ ਆਪਣਾ ਜੀਵਨ ਜਾਂਚ ਚੰਗੇ ਤਰੀਕੇ ਨਾਲ ਬਤੀਤ ਕਰ ਸਕਣ। ਅਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਾਡਾ ਸਾਥ ਦਿੱਤਾ। ਕੰਪਿਊਟਰਾਂ ਦੀ ਸੇਵਾ, ਸਿਲਾਈ ਮਸ਼ੀਨਾਂ ਦੀ ਸੇਵਾ, ਅਤੇ ਇਸ ਸਾਰੇ ਕਾਰਜਾਂ ਦੇ ਵਿੱਚ ਜਿੰਨੇ ਵੀ ਭੈਣਾਂ ਭਰਾਵਾਂ ਨੇ ਸਾਥ ਦਿੱਤਾ, ਸਹਿਯੋਗ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਅਤੇ ਸੁਪਨਿਆਂ ਦੇ ਘਰ ਦੀ ਇੱਕ ਹੋਰ ਜਿਹੜੀ ਪਲੰਘ ਪੁੱਟੀ ਆ ਇਨਸਾਨੀਅਤ ਦੇ ਰਸਤੇ 'ਤੇ, ਇਹਦੇ ਲਈ ਸਾਡੇ ਸਾਰੇ ਮੈਂਬਰਾਂ ਨੂੰ ਵਧਾਈਆਂ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੁਪਨਾ ਵੀ ਤੁਹਾਡੇ ਵੱਲੋਂ ਦਿੱਤਾ ਗਿਆ ਅਤੇ ਪੂਰਾ ਵੀ ਤੁਹਾਡੇ ਵੱਲੋਂ ਕੀਤਾ ਗਿਆ। ਬੇਦੀ ਸਰ ਦਾ ਇਹਦੇ ਵਿੱਚ ਬਹੁਤ ਬਹੁਤ ਸ਼ੁਕਰ, ਰੋਮੀ ਵੀਰ ਜੀ ਦਾ, ਖਾਸ ਕਰਕੇ ਅਵਤਾਰ ਬਾਈ ਜੀ, ਸਾਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਅੱਜ ਸਰ ਤੁਸੀਂ ਆ ਕੇ, ਸਰ ਤੁਸੀਂ ਆ ਕੇ ਅੱਜ ਰੀਬਨ ਕੱਟ ਕੇ ਜਾ ਰਹੇ ਹੋ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ। ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਮਨੁੱਖਤਾ ਦੀ ਸੇਵਾ ਪਰਿਵਾਰ ਤੁਹਾਡਾ ਸਦਾ ਰਹਿਣੀ ਰਹੂਗਾ ਸਰ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।